ਬਾਬਾ ਸੁਖਦੇਵ ਸਿੰਘ ਮਹਾਂਪੁਰਖਾਂ ਦਾ ਜਨਮ ਨਹੀਂ ਸੀ ਹੋਇਆ ਉਦੋਂ, ਅਤੇ ਕਹਿਣ ਲੱਗੇ ਮਾਤਾ ਨੇ ਚੜ੍ਹਾਈ ਕਰ ਜਾਣਾ, ਬਾਬਾ ਜੀ ਕਿਰਪਾ ਕਰੋ, ਮਾਤਾ ਬਹੁਤ ਢਿੱਲੇ ਰਹਿੰਦੇ ਆ, ਡਾਕਟਰਾਂ ਜਵਾਬ ਦੇ ਦਿੱਤਾ। ਅਤੇ ਬਾਬਾ ਈਸ਼ਰ ਸਿੰਘ ਮਾਤਾ ਨੂੰ ਕਹਿਣ ਲੱਗੇ, ਬਾਬਾ ਸੁਖਦੇਵ ਸਿੰਘ ਜੀ ਦੀ ਮਾਤਾ ਨੂੰ ਕਹਿਣ ਲੱਗੇ, ਮਾਤਾ ਅਸੀਂ ਤੇਰੇ ਕੋਲੋਂ ਬਹੁਤ ਵੱਡੀ ਸੇਵਾ ਲੈਣੀ ਹੈ, ਅਤੇ ਆਹ ਅੱਜ ਸੇਵਾ ਲੈ ਰਹੇ ਨੇ ਬਾਬਾ ਈਸ਼ਰ ਸਿੰਘ ਜੀ ਬਾਬਾ ਸੁਖਦੇਵ ਸਿੰਘ ਜੀ ਕੋਲੋਂ। ਕਿੰਨੇ ਅਸਥਾਨ, 100 ਤੋਂ ਵੱਧ ਅਸਥਾਨ ਬਣੇ ਨੇ ਨਾਨਕਸਰ ਠਾਠ, ਅਤੇ 40 ਸਕੂਲ ਬਣਾ ਦਿੱਤੇ ਨੇ ਬਾਬਾ ਸੁਖਦੇਵ ਸਿੰਘ ਜੀ ਨੇ, ਬਾਬਾ ਵਧਾਵਾ ਸਿੰਘ ਜੀ ਵਿੱਦਿਆ ਕੇਂਦਰ, ਜਿੱਥੇ ਗੁਰਮਤਿ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਵੇਖੋ ਮਹਾਂਪੁਰਖਾਂ ਦਾ ਜੀਵਨ, ਮੈਂ ਕਹਿੰਦਾ ਵੀ ਸਿਰਫ ਗੱਲਾਂ ਤੱਕ ਨਹੀਂ, ਕਮਾਈ ਵੇਖਣੀ ਪਏਗੀ। ਜੇ ਤੁਸੀਂ, ਮੈਂ ਪਰਸੋਂ ਵੀ ਬੇਨਤੀ ਕੀਤੀ ਸੀ, ਜੇ ਤੁਸੀਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤਾਂ ਤੁਹਾਨੂੰ ਮਾੜਾ ਕਹਿਣ ਦਾ ਵੀ ਹੱਕ ਨਹੀਂ ਕਿਸੇ ਨੂੰ, ਵੀ ਘਰ ਬੈਠੇ ਹੀ ਗੱਲਾਂ ਕਰੀ ਜਾਓ, ਆ ਕੇ ਮਹਾਂਪੁਰਖਾਂ ਦੇ 10 ਦਿਨ ਨਾਲ ਰਹਿ ਕੇ ਜੀਵਨ ਵੇਖ ਲਿਓ। ਜਲੰਧਰ ਦੀਵਾਨ ਚੱਲਦੇ ਸੀ ਸਾਡੇ ਪਿਛਲੇ ਮਹੀਨੇ, ਉੱਥੇ ਮੈਂ ਬੇਨਤੀ ਕੀਤੀ ਸੀ, ਮੈਂ ਕਿਹਾ ਵੀ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਸਾਨੂੰ ਤੁਸੀਂ ਇੱਕ ਵੀ ਘਾਟ ਕੱਢ ਦਿਓਗੇ ਨਾ, ਵੀ ਆਹ ਮਹਾਂਪੁਰਖਾਂ ਜੀਵਨ ਦੇ ਵਿੱਚ ਆਹ ਘਾਟ ਆ ਮਹਾਂਪੁਰਖਾਂ ਦੇ, ਅਤੇ ਮਹਾਂਪੁਰਖਾਂ ਨੂੰ ਛੱਡ ਕੇ ਤੁਹਾਡਾ ਸਾਰੀ ਉਮਰ ਪਾਣੀ ਭਰਾਂਗੇ। ਪਰ ਗੱਲਾਂ ਕਰਨ ਵਾਲਿਓ, ਸੋਸ਼ਲ ਮੀਡੀਆ 'ਤੇ ਗੱਲਾਂ ਕਰਨ ਵਾਲਿਓ, ਦੁਨੀਆ 'ਤੇ ਕੁਝ ਆ ਕੇ ਥੱਲੇ ਗਰਾਊਂਡ ਲੈਵਲ 'ਤੇ ਕੰਮ ਕਰਨੇ ਪੈਣੇ, ਸੇਵਾਵਾਂ ਕਰਨੀਆਂ ਪੈਣੀਆਂ। ਇਹਨਾਂ ਨੇ ਤਾਂ ਸਾਰੀ ਕੌਮ ਦੁਵਿਧਾ ਦੇ ਵਿੱਚ ਪਾ ਦਿੱਤੀ, ਲੋਕ ਜਪਜੀ ਸਾਹਿਬ ਦਾ ਪਾਠ ਕਰਨਾ ਛੱਡ ਗਏ, ਵੀ ਕਰੀਏ ਕੀ। ਇਹ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੱਖਾ ਨਹੀਂ ਲਾਉਣਾ ਜੀ, ਏਸੀ ਲਾਉਣ ਦੀ ਲੋੜ ਨਹੀਂ, ਅਤੇ ਇਹਨਾਂ ਨੇ ਤਾਂ ਕੱਲ੍ਹ ਨੂੰ ਕਹਿ ਦੇਣਾ ਮੱਥਾ ਟੇਕਣ ਦੀ ਵੀ ਲੋੜ ਨਹੀਂ, ਬਸ ਘਰੇ ਬਹਿ ਕੇ ਗਿਆਨ ਲੈ ਲਓ। ਮੈਂ ਪਰਸੋਂ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ, ਗਿਆਨ ਲੈਣ ਵਾਲਾ ਬੰਦਾ ਜਿਹੜਾ ਕਹਿੰਦਾ ਸਿਰਫ ਗਿਆਨ ਲਓ, ਕੋਈ ਏਸੀ ਦੀ ਲੋੜ ਨਹੀਂ, ਪੱਖੇ ਦੀ ਲੋੜ ਨਹੀਂ, ਸੇਵਾ ਦੀ ਲੋੜ ਨਹੀਂ, ਰੁਮਾਲਿਆਂ ਦੀ ਲੋੜ ਨਹੀਂ, ਜਿਹੜਾ ਬੰਦਾ ਕਹਿੰਦਾ ਹੈ ਵੀ ਗਿਆਨ ਲੈਣਾ, ਉਹ ਸਿਰਫ ਗਿਆਨੀ ਬਣ ਸਕਦਾ ਹੈ ਗਿਆਨ ਲੈਣ ਵਾਲਾ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੱਬ ਸਮਝਣ ਵਾਲਾ ਰੱਬ ਦਾ ਹੀ ਰੂਪ ਬਣ ਜਾਂਦਾ ਹੈ। ਉਹੀ ਰੱਬ ਦਾ ਰੂਪ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ 50 ਸਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕੀਤੀ, ਇੱਕ ਦਿਨ ਨਾਗਾ ਨਹੀਂ ਪਾਇਆ, ਸਰੀਰ ਚੱਲਿਆ ਨਹੀਂ ਸੀ ਜਾਂਦਾ ਬਾਬਾ ਜੀ ਦਾ, ਤੁਸੀਂ ਸਾਰੇ ਸੰਗੀ ਬੈਠੇ ਦੇਖਦੇ ਰਹਿ ਜੇ, ਸੇਵਾਦਾਰ ਚੁੱਕ ਕੇ ਕਮਰੇ ਦੇ ਵਿੱਚ ਲੈ ਕੇ ਜਾਂਦੇ ਸੀ 13-13 ਟਾਈਮ, ਅੱਜ ਸਿਰ ਪੀੜ ਹੋਣ ਲੱਗ ਪਏ ਅਤੇ ਕਹਿ ਦਿੰਦੇ ਕੋਈ ਗੱਲ ਨਹੀਂ ਗੁਰਦੁਆਰੇ ਨਹੀਂ ਜਾਣਾ। ਦੇਖੋ ਜੀਵਨ ਮਹਾਂਪੁਰਖਾਂ ਦਾ, ਧੰਨ ਧੰਨ ਬਾਬਾ ਕੁੰਦਨ ਸਿੰਘ ਮਹਾਰਾਜ ਦਾ। ਇਹ ਨਹੀਂ ਸਾਰੇ ਗੁਰਦੁਆਰੇ ਸਤਿਕਾਰਯੋਗ ਨੇ, ਪਰ ਜੋ ਸੇਵਾ ਧੰਨ ਧੰਨ ਬਾਬਾ ਕੁੰਦਨ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੱਬ ਜਾਣ ਕੇ ਕੀਤੀ, ਕੋਈ ਨਹੀਂ ਜੇ ਕਰ ਸਕਦਾ। 50 ਸਾਲ ਦੇ ਵਿੱਚ ਇੱਕ ਨਾਗਾ ਨਹੀਂ, ਜ਼ੁਬਾਨ ਤੋਂ ਆਵਾਜ਼ ਨਹੀਂ ਸੀ ਨਿਕਲਦੀ ਮੂੰਹ ਦੇ ਵਿੱਚ, ਤਾਂ ਵੀ ਹੁਕਮਨਾਮਾ ਲੈਂਦੇ ਸੀ, ਅੱਗੇ ਸੇਵਾਦਾਰ ਅੱਧਾ ਹੁਕਮਨਾਮਾ ਨਾਲ ਲੈਂਦੇ ਸੀ, ਸੇਵਾ ਦੇ ਵਿੱਚ ਨਾਗਾ ਨਹੀਂ ਪਾਇਆ। ਇੱਕ ਦਿਨ ਦੇ ਵਿੱਚ ਆਪਾਂ ਸਵੇਰੇ ਗੁਰੂ ਘਰੋਂ ਹੋਈਏ ਅਤੇ ਬੜੇ ਚੌੜੇ ਹੋ ਕੇ ਤੁਰੇ ਫਿਰਦੇ ਹਾਂ, 13-13 ਟਾਈਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਮਰੇ ਦੇ ਵਿੱਚ ਜਾਂਦੇ ਸੀ, ਜਿਨ੍ਹਾਂ ਦਾ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ। ਐਡੀ ਸੇਵਾ ਵੱਡੀ ਬਾਬਾ ਕੁੰਦਨ ਸਿੰਘ ਮਹਾਰਾਜ ਨੇ, ਅਤੇ ਬਾਬਾ ਆਨੰਦ ਸਿੰਘ ਮਹਾਰਾਜ ਨੂੰ ਕਿਸੇ ਨੇ ਪੁੱਛ ਲਿਆ, ਕਹਿੰਦੇ ਜੀ ਬਾਬਾ ਆਨੰਦ ਸਿੰਘ ਮਹਾਰਾਜ ਜੀ, ਸੰਗਤਾਂ ਨੇ ਪੁੱਛਿਆ, ਕਹਿੰਦੇ ਵੀ ਤੁਸੀਂ ਆਪਣੇ ਵਰਗਾ ਵੀ ਕੋਈ ਬਣਾਇਆ ਹੈ? ਅਤੇ ਬਾਬਾ ਆਨੰਦ ਸਿੰਘ ਮਹਾਰਾਜ ਕਹਿਣ ਲੱਗੇ, ਆਪਣੇ ਵਰਗਾ ਤਾਂ ਨਹੀਂ ਕੋਈ ਬਣਾਇਆ, ਪਰ ਅਸੀਂ ਇੱਦਾਂ ਦਾ ਬਣਾ ਦਿੱਤਾ ਹੈ ਜਿਹੜਾ ਸਾਡੇ ਵਰਗੇ ਹਜ਼ਾਰਾਂ ਪੈਦਾ ਕਰ ਦੇਗਾ। ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਕਿੰਨੇ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਮਹਾਰਾਜ ਤੋਂ ਬਾਅਦ 'ਚ ਹੋਏ ਨੇ, ਕਿਤੇ ਬਾਬਾ ਗੁਰਦੇਵ ਸਿੰਘ ਜੀ, ਬੰਦਨੀ ਕਲਾ ਵਾਲੇ ਮਹਾਂਪੁਰਖ, ਪਤਾ ਨਹੀਂ ਕਿੰਨੇ ਕੁ ਮਹਾਂਪੁਰਖ ਜਿਨ੍ਹਾਂ ਦਾ ਨਾਮ ਲੈਂਦਿਆਂ ਲੈਂਦਿਆਂ ਹੀ ਰਾਤ ਪੈ ਸਵੇਰ ਚੜ੍ਹ ਜਾਏਗੀ ਆਪਾਂ ਨੂੰ ਇੱਥੇ। ਅਤੇ ਮੈਂ ਇਹ ਗੱਲ ਕਲੀਅਰ ਬਿਲਕੁਲ ਕਹਿ ਦਿੰਦਾ, ਜੇ ਕੋਈ ਬੰਦਾ ਭੁੱਚੋ ਸਾਹਿਬ ਬਾਰੇ ਕੋਈ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਂਦਾ ਹੈ, ਗਲਤ ਗੱਲ ਬੋਲਦਾ ਹੈ, ਅਸਥਾਨ ਚੱਬੇ ਬਣਿਆ ਆ, ਜਗ੍ਹਾ ਜਗ੍ਹਾ 'ਤੇ ਠਾਠ ਬੜੇ ਨੇ, ਉੱਥੇ ਆ ਕੇ ਪਹਿਲਾਂ ਅੱਖਾਂ ਦੇ ਨਾਲ ਸਾਰਿਆਂ ਨੂੰ ਅੱਖਾਂ ਦਿੱਤੀਆਂ ਮਹਾਰਾਜ ਨੇ, ਸੁਣਦੇ ਨੇ, ਕੰਨ ਦੇਖੇ ਨੇ ਦਿੱਤੇ ਨੇ ਸੁਣਨ ਵਾਸਤੇ, ਜ਼ਰੂਰ ਕੰਨਾਂ ਨਾਲ ਸੁਣੀ ਗੱਲ 'ਤੇ ਇਤਬਾਰ ਨਾ ਕਰਿਓ, ਅੱਖੀ ਜ਼ਰੂਰ ਜਾ ਕੇ ਦੇਖਿਓ ਵੀ ਜੋ ਕੋਈ ਬੰਦਾ ਸੋਸ਼ਲ ਮੀਡੀਆ 'ਤੇ ਬੋਲ ਰਿਹਾ ਉਹ ਹੈਗਾ ਵੀ ਹੈ ਜਾਂ ਨਹੀਂ ਹੈਗਾ। ਅੱਜ ਬਹੁਤ, ਅੱਜ ਸੋਸ਼ਲ ਮੀਡੀਆ ਦਾ ਆ ਯੁੱਗ ਹੈ ਨਾ, ਕੋਈ ਵੀ ਬੰਦਾ ਪਤਾ ਨਹੀਂ ਕਿਹੜੇ ਮਹਾਂਪੁਰਖ ਬਾਰੇ ਕੀ ਬੋਲ ਦਿੰਦਾ, ਆਹ ਜੀ ਇੱਦਾਂ ਦੇ, ਆਹ ਜੀ ਇੱਦਾਂ ਦੇ, ਜੀਵਨ ਬਾਰੇ ਕਿਸੇ ਨੂੰ ਨਹੀਂ ਪਤਾ, ਪਰ ਜਿਹੜੇ ਨਾਲ ਰਹਿੰਦੇ ਨੇ ਉਹਨਾਂ ਨੂੰ ਪੁੱਛੋ, ਜਿਨ੍ਹਾਂ ਨੇ ਸੰਗਤ ਕੀਤੀ ਆ, ਜਿਨ੍ਹਾਂ ਨੇ ਜ਼ਿੰਦਗੀਆਂ ਲਾਈਆਂ ਨੇ ਗੁਰੂ ਘਰ ਵਿਖੇ, ਸਾਰੀ ਸਾਰੀ ਜ਼ਿੰਦਗੀ
महापुरखां ने बाबा ईसर सिंह महाराज तो जिहड़े संत बाद विच होए ने जिथे बाबा ईसर सिंह जी बिठा के गए ने, बाबा जी भी दस रहे सन परसों चौथ, उत्थे ही उन्होंने जान दे दी। सारी सारी उमरां ही लागे आए नानक सर घर, गल्लां करन वाले करी जान, उन्होंने अपना काम करी जाना, महापुरखां ने अपनियां सेवावां करी करवाउणियां ने महापुरखां ने। तो आपां पर आपां अपना दिमाग जरूर वरतीए, कोई किसी नूं माड़ा कहिंदा है उहदी गल ते यकीन तां करिए जे वेखीए ते फिर। तो ये महापुरखां का बहुत उच्चा सुचा जीवन है बाबा सुखदेव सिंह महापुरखां का, किसी दस दिन कोई नाल रह के देख ले। सारी सारी रात प्रोग्रामां ते हाजरियां भरनियां, लुधियाने प्रोग्राम चल रहा, अद्धी रात का प्रोग्राम करके इत्थे आउणा, इत्थे आउंदे कीर्तन च बैठ जाणा, सवेरे आसा दी वार, जपजी साहब, सुखमणी साहब, शब्द हजारे, दिन वेले भी सेवावां स्कूलां दीआं चलदीआं ने। इन्नी कठिन तपस्या घोर कलयुग दे विच अज बाबा सुखदेव सिंह जी महापुरख साडे कर रहे ने। बड़े ही असीं ते कहिंदे वड्डे भाग ने साडे जिहड़े उहनां दी संगत करदे हाँ, उहनां दे नाल तुरे फिरदे हाँ। पता नहीं जे महापुरख सानूं ना मिलदे ते कित्थे होणा सी, की करना सी, पर बहुत वड्डे भाग ने महापुरखां दी संगत मिली है। प्लीज सब्सक्राइब टू आवर YouTube चैनल जी कुचो साहिब टू गेट मोर अपडेट्स एंड न्यू वीडियोस ऑफ संत बाबा सुखदेव सिंह जी डियर रूमी कुचो।